ਸਭ ਅਸੀਂ ਕੱਚੇ ਅਧਿਆਪਕ ਯੂਨੀਅਨ ਪੰਜਾਬ ਤੋਂ ਜੀ ਸਿੱਖਿਆ ਪ੍ਰੋਵਾਈਡਰ ਜਿਹੜੇ ਕੱਲ ਗਵਰਨਮੈਂਟ ਨੇ ਪੰਜਾਬ ਸਰਕਾਰ ਨੇ ਪੱਕੇ ਕੀਤੇ ਆ ਅਸੀਂ 14 ਸਾਲ ਤੋਂ ਬੜਾ ਸੰਤਾਪ ਹੰਡਾਇਆ ਸੀ ਪੂਰੀ ਯੋਗਤਾ ਪ੍ਰਾਪਤ ਅਧਿਆਪਕ ਸੀ ਜਿਹੜੇ ਕਿ ਅਸੀਂ ਪਿਛਲੀ ਸਰਕਾਰ ਤੋਂ ਕੁੱਟ ਖਾਂਦਿਆਂ ਨੇ 14 ਸਾਲ ਕੱਟੇ ਆ ਔਰ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਸੱਤਾ 'ਚ ਆਉਣ ਤੋਂ ਪਹਿਲਾਂ ਇਹਨਾਂ ਨੇ 4 ਮਹੀਨਿਆਂ ਦੇ ਵਿੱਚ ਹੀ ਉਹ ਵਾਅਦਾ ਸਾਡੇ ਨਾਲ ਪੂਰਾ ਕੀਤਾ ਤੇ ਕੱਲ ਇਤਿਹਾਸਕ ਫੈਸਲਾ ਲੈਂਦੇ ਹੋਏ 5 ਸਤੰਬਰ ਦੇ ਉੱਤੇ ਸਾਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਇਤਿਹਾਸਕ ਧਰਤੀ ਤੋਂ ਇਤਿਹਾਸਕ ਫੈਸਲਾ ਲਿਆ ਤੇ ਗਵਰਨਮੈਂਟ ਨੇ ਸਾਨੂੰ ਪੱਕਾ ਕੀਤਾ ਹੈ ਅਸੀਂ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਪੂਰੇ ਪਰਿਵਾਰਾਂ ਵੱਲੋਂ ਅਸੀਂ ਦਿਲੋਂ ਸ਼ੁਕਰਾਨਾ ਕਰਦੇ ਹਾਂ ਵੀ ਨਿਮਾਣਿਆਂ ਨੂੰ ਮਾਣ ਬਖਸ਼ਿਆ ਅਸੀਂ ਅਕੈਡਮਿਕ ਨੌਨ ਅਕੈਡਮਿਕ ਕੰਮ ਸਾਰੇ ਕਰਦੇ ਸਕੂਲਾਂ ਦੇ ਵਿੱਚ ਅਸੀਂ ਹੁਣ ਵੀ ਹਿੱਕੜਾ ਕੇ ਕੰਮ ਜਿਹੜੇ ਕਰਾਂਗੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਰਕਾਰ ਦੀ ਜਿਹੜੀ ਸਿੱਖਿਆ ਭਾਗ ਲਈ ਜੋ ਵੀ ਪਾਲਿਸੀ ਆ ਉਹਦੇ ਵਿੱਚ ਅਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਲਈ ਦਿਨਪੁਰਾ ਚੈੱਕ ਕਰਕੇ ਅਸੀਂ ਜਿਹੜਾ ਸਾਥ ਦੇਵਾਂਗੇ ਸਰਕਾਰ ਦਾ ਜੀ ਔਰ ਸਰਦਾਰ ਹਰਜੋਤ ਸਿੰਘ ਜੀ ਬੈਂਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਜਿਹਨੇ ਨਿੱਜੀ ਤੌਰ ਤੇ ਸਾਡਾ ਵਕੀਲ ਬਣ ਕੇ ਇਸ ਮਸਲੇ ਨੂੰ 2 ਮਹੀਨਿਆਂ ਦੇ ਵਿੱਚ ਵਿੱਚ ਆਪਣੇ ਜਿਹੜਾ ਐਜੂਕੇਸ਼ਨ ਮਿਨਿਸਟਰ ਹੋਣ ਦੇ ਨਾਂ ਤੇ 2 ਮਹੀਨੇ 'ਚ ਹੱਲ ਕੀਤਾ ਅਸੀਂ ਸਮੂਹ ਪੰਜਾਬ ਦੇ ਕੱਚੇ ਅਧਿਆਪਕ ਜਲਦੀਆਂ ਗ੍ਰਾਂਟਾਂ ਤੋਂ ਆਪ ਜੀ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਥੈਂਕ ਯੂ ਸਰ ਠੀਕ ਸਰ ਅਸੀਂ ਕੱਚੇ ਅਧਿਆਪਕ ਯੂਨੀਅਨ ਪੰਜਾਬ ਤੋਂ ਜੀ ਸਿੱਖਿਆ ਪ੍ਰੋਵਾਈਡਰ ਜਿਹੜੇ ਕੱਲ ਗਵਰਨਮੈਂਟ ਨੇ ਪੰਜਾਬ ਸਰਕਾਰ ਨੇ ਪੱਕੇ ਕੀਤੇ ਆ ਅਸੀਂ 14 ਸਾਲ ਤੋਂ ਬੜਾ ਸੰਤਾਪ ਹੰਡਾਇਆ ਸੀ ਪੂਰੀ ਯੋਗਤਾ ਪ੍ਰਾਪਤ ਅਧਿਆਪਕ ਸੀ ਜਿਹੜੇ ਕਿ ਅਸੀਂ ਪਿਛਲੀ ਸਰਕਾਰ ਤੋਂ ਕੁੱਟ ਖਾਂਦਿਆਂ ਨੇ 14 ਸਾਲ ਕੱਟੇ ਆ ਔਰ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਸੱਤਾ 'ਚ ਆਉਣ ਤੋਂ ਪਹਿਲਾਂ ਇਹਨਾਂ ਨੇ 4 ਮਹੀਨਿਆਂ ਦੇ ਵਿੱਚ ਹੀ ਉਹ ਵਾਅਦਾ ਸਾਡੇ ਨਾਲ ਪੂਰਾ ਕੀਤਾ ਤੇ ਕੱਲ ਇਤਿਹਾਸਕ ਫੈਸਲਾ ਲੈਂਦੇ ਹੋਏ 5 ਸਤੰਬਰ ਦੇ ਉੱਤੇ ਸਾਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਇਤਿਹਾਸਕ ਧਰਤੀ ਤੋਂ ਇਤਿਹਾਸਕ ਫੈਸਲਾ ਲਿਆ ਤੇ ਗਵਰਨਮੈਂਟ ਨੇ ਸਾਨੂੰ ਪੱਕਾ ਕੀਤਾ ਹੈ ਅਸੀਂ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਪੂਰੇ ਪਰਿਵਾਰਾਂ ਵੱਲੋਂ ਅਸੀਂ ਦਿਲੋਂ ਸ਼ੁਕਰਾਨਾ ਕਰਦੇ ਹਾਂ ਵੀ ਨਿਮਾਣਿਆਂ ਨੂੰ ਮਾਣ ਬਖਸ਼ਿਆ ਅਸੀਂ ਅਕੈਡਮਿਕ ਨੌਨ ਅਕੈਡਮਿਕ ਕੰਮ ਸਾਰੇ ਕਰਦੇ ਸਕੂਲਾਂ ਦੇ ਵਿੱਚ ਅਸੀਂ ਹੁਣ ਵੀ ਹਿੱਕੜਾ ਕੇ ਕੰਮ ਜਿਹੜੇ ਕਰਾਂਗੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਰਕਾਰ ਦੀ ਜਿਹੜੀ ਸਿੱਖਿਆ ਭਾਗ ਲਈ ਜੋ ਵੀ ਪਾਲਿਸੀ ਆ ਉਹਦੇ ਵਿੱਚ ਅਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਲਈ ਦਿਨਪੁਰਾ ਚੈੱਕ ਕਰਕੇ ਅਸੀਂ ਜਿਹੜਾ ਸਾਥ ਦੇਵਾਂਗੇ ਸਰਕਾਰ ਦਾ ਜੀ ਔਰ ਸਰਦਾਰ ਹਰਜੋਤ ਸਿੰਘ ਜੀ ਬੈਂਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਜਿਹਨੇ ਨਿੱਜੀ ਤੌਰ ਤੇ ਸਾਡਾ ਵਕੀਲ ਬਣ ਕੇ ਇਸ ਮਸਲੇ ਨੂੰ 2 ਮਹੀਨਿਆਂ ਦੇ ਵਿੱਚ ਆਪਣੇ ਜਿਹੜਾ ਐਜੂਕੇਸ਼ਨ ਮਿਨਿਸਟਰ ਹੋਣ ਦੇ ਨਾਂ ਤੇ 2 ਮਹੀਨੇ 'ਚ ਹੱਲ ਕੀਤਾ ਅਸੀਂ ਸਮੂਹ ਪੰਜਾਬ ਦੇ ਕੱਚੇ ਅਧਿਆਪਕ ਜਲਦੀਆਂ ਗ੍ਰਾਂਟਾਂ 'ਚੋਂ ਆਪ ਜੀ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਰ ਠੀਕ ਸਰ ਅਸੀਂ ਕੱਚੇ ਅਧਿਆਪਕ ਯੂਨੀਅਨ ਪੰਜਾਬ ਤੋਂ ਜੀ ਸਿੱਖਿਆ ਪ੍ਰੋਵਾਈਡਰ ਜਿਹੜੇ ਕੱਲ ਗਵਰਨਮੈਂਟ ਨੇ ਪੰਜਾਬ ਸਰਕਾਰ ਨੇ ਪੱਕੇ ਕੀਤੇ ਆ ਅਸੀਂ 14 ਸਾਲ ਤੋਂ ਬੜਾ ਸੰਤਾਪ ਹੰਡਾਇਆ ਸੀ ਪੂਰੀ ਯੋਗਤਾ ਪ੍ਰਾਪਤ ਅਧਿਆਪਕ ਸੀ ਜਿਹੜੇ ਕਿ ਅਸੀਂ ਪਿਛਲੀ ਸਰਕਾਰ ਤੋਂ ਕੁੱਟ ਖਾਂਦਿਆਂ ਨੇ 14 ਸਾਲ ਕੱਟੇ ਆ ਔਰ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਸੱਤਾ 'ਚ ਆਉਣ ਤੋਂ ਪਹਿਲਾਂ ਇਹਨਾਂ ਨੇ 4 ਮਹੀਨਿਆਂ ਦੇ ਵਿੱਚ ਹੀ ਉਹ ਵਾਅਦਾ ਸਾਡੇ ਨਾਲ ਪੂਰਾ ਕੀਤਾ ਤੇ ਕੱਲ ਇਤਿਹਾਸਕ ਫੈਸਲਾ ਲੈਂਦੇ ਹੋਏ 5 ਸਤੰਬਰ ਦੇ ਉੱਤੇ ਸਾਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਇਤਿਹਾਸਕ ਧਰਤੀ ਤੋਂ ਇਤਿਹਾਸਕ ਫੈਸਲਾ ਲਿਆ ਤੇ ਗਵਰਨਮੈਂਟ ਨੇ ਸਾਨੂੰ ਪੱਕਾ ਕੀਤਾ ਅਸੀਂ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਪੂਰੇ ਪਰਿਵਾਰਾਂ ਵੱਲੋਂ ਅਸੀਂ ਦਿਲੋਂ ਸ਼ੁਕਰਾਨਾ ਕਰਦੇ ਹਾਂ ਵੀ ਨਿਮਾਣਿਆਂ ਨੂੰ ਮਾਣ ਬਖਸ਼ਿਆ ਅਸੀਂ ਅਕੈਡਮਿਕ ਨੌਨ ਅਕੈਡਮਿਕ ਕੰਮ ਸਾਰੇ ਕਰਦੇ ਸਕੂਲਾਂ ਦੇ ਵਿੱਚ ਅਸੀਂ ਹੁਣ ਵੀ ਹਿੱਕੜਾ ਕੇ ਕੰਮ ਜਿਹੜੇ ਕਰਾਂਗੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਰਕਾਰ ਦੀ ਜਿਹੜੀ ਸਿੱਖਿਆ ਭਾਗ ਲਈ ਜੋ ਵੀ ਪਾਲਿਸੀ ਆ ਉਹਦੇ ਵਿੱਚ ਅਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਲਈ ਦਿਨਪੁਰਾ ਚੈੱਕ ਕਰਕੇ ਅਸੀਂ ਜਿਹੜਾ ਸਾਥ ਦੇਵਾਂਗੇ ਸਰਕਾਰ ਦਾ ਜੀ ਔਰ ਸਰਦਾਰ ਹਰਜੋਤ ਸਿੰਘ ਜੀ ਬੈਂਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਜਿਹਨੇ ਨਿੱਜੀ ਤੌਰ ਤੇ ਸਾਡਾ ਵਕੀਲ ਬਣ ਕੇ ਇਸ ਮਸਲੇ ਨੂੰ 2 ਮਹੀਨਿਆਂ ਦੇ ਵਿੱਚ ਵਿੱਚ ਆਪਣੇ ਜਿਹੜਾ ਐਜੂਕੇਸ਼ਨ ਮਿਨਿਸਟਰ ਹੋਣ ਦੇ ਨਾਂ ਤੇ 2 ਮਹੀਨੇ 'ਚ ਹੱਲ ਕੀਤਾ ਅਸੀਂ ਸਮੂਹ ਪੰਜਾਬ ਦੇ ਕੱਚੇ ਅਧਿਆਪਕ ਜਲਦੀਆਂ ਗ੍ਰਾਂਟਾਂ 'ਚੋਂ ਆਪ ਜੀ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਠੀਕ ਸਰ ਥੈਂਕ ਯੂ ਸਰ ਥੈਂਕ ਯੂ ਸਰ ਮਿਹਰਬਾਨੀ